ਅੱਛਾ ਬੱਚੇ ਕੰਧਾਂ 'ਚ ਸੀ ਚਿਣੇ ਗਏ, ਇੰਨੇ ਸੀ ਸ਼ਹੀਦ ਜੋ ਨੀ ਗਿਣੇ ਗਏ। ਅੱਛਾ ਇਹ ਸ਼ਹੀਦੀ ਵਾਲੀ ਥਾਂ ਹੈ, ਅੱਛਾ ਫਤਿਹਗੜ੍ਹ ਸਾਹਿਬ ਨਾਮ ਹੈ, ਅੱਛਾ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਨੇ, ਅੱਛਾ ਇਹ ਸਭ ਉਹਨਾਂ ਦੇ ਮੁਰੀਦ ਨੇ। ਅੱਛਾ ਗੁਰੂ ਪਰਵਰਦਿਗਾਰ ਸੀ, ਤਾਂ ਵੀ ਵਾਰ ਦਿੱਤਾ ਪਰਿਵਾਰ ਸੀ, ਤਾਂ ਵੀ ਵਾਰ ਦਿੱਤਾ ਪਰਿਵਾਰ ਸੀ, ਤਾਂ ਵੀ ਵਾਰ ਦਿੱਤਾ ਪਰਿਵਾਰ ਸੀ। ਉਮਰ ਵੀ 5 ਤੇ 9 ਸਾਲ ਸੀ, ਅੱਛਾ ਹੱਡ ਚੀਰ ਦਾ ਸਿਆਲ ਸੀ, ਮਾਤਾ ਗੁਜਰੀ ਵੀ ਉਦੋਂ ਨਾਲ ਸੀ, ਗੰਗੂ ਦੀ ਗਦਾਰੀ ਦੀ ਇਹ ਚਾਲ ਸੀ। ਦੇਖ ਲੋ ਕਿ ਮਾਣ ਤੋਂ ਉਹ ਡੋਲੇ ਨਹੀਂ, ਕਹਿਣ ਦੇ ਵਜ਼ੀਰ ਦੇ ਉਹ ਬੋਲੇ ਨਹੀਂ, ਰੱਬ ਦੇ ਬੱਚੇ ਨਾ ਘਬਰਾਉਂਦੇ ਸੀ, ਅੱਛਾ ਉਹ ਜੈਕਾਰੇ ਰਹੇ ਲਾਉਂਦੇ ਸੀ, ਅੱਛਾ ਉਹ ਜੈਕਾਰੇ ਰਹੇ ਲਾਉਂਦੇ ਸੀ। ਹਾਂ ਜ਼ੁਲਮਾਂ ਦੀ ਕਸਰ ਨਾ ਰਹੀ ਸੀ, ਮੁਗਲਾਂ ਦੀ ਜੜ ਪੱਟੀ ਗਈ ਸੀ, ਮਾਧੋ ਦਾਸ ਬੰਦਾ ਆਪਣਾ ਬਣਾਇਆ ਸੀ, ਦਸ਼ਮੇਸ਼ ਪਿਤਾ ਜੀ ਨੇ ਭਿਜਵਾਇਆ ਸੀ, ਵਜ਼ੀਰ ਖਾਨ ਸਿੱਖਾਂ ਤੋਂ ਸੀ ਹਾਰਿਆ, ਜਾ ਕੇ ਚੱਪੜ ਚਿੜੀ ਦੇ ਵਿੱਚ ਮਾਰਿਆ, ਅੱਜ ਤੱਕ ਪਛਤਾਵਾ ਹੋਊ ਕਰਦਾ, ਬਾਰ ਬਾਰ ਗੰਦੀ ਮੌਤ ਹੋਊਗਾ ਮਰਦਾ, ਬਾਰ ਬਾਰ ਗੰਦੀ ਮੌਤ ਹੋਊਗਾ ਮਰਦਾ। ਸੰਗਤਾਂ ਜਹਾਨ ਵਿੱਚੋਂ ਆਉਂਦੀਆਂ, ਅੱਛਾ ਸੰਗਤਾਂ ਜਹਾਨ ਵਿੱਚੋਂ ਆਉਂਦੀਆਂ, ਅੱਛਾ ਸਭਾ ਦੇ ਨੇ ਪੱਕੇ ਡੇਰੇ ਲਾਉਂਦੀਆਂ, ਅੱਛਾ ਸਿੱਖ ਇਹਨਾਂ ਦਿਨਾਂ ਨੂੰ ਮਨਾਉਂਦੇ ਨੇ, ਅੱਛਾ ਸ਼ਰਧਾ ਨਾਲ ਹਾਜ਼ਰੀਆਂ ਲਾਉਂਦੇ ਨੇ। ਉਹ ਕੈਸੀ ਕੌਮ ਹੈ ਕਿ ਹੌਸਲੇ ਨੀ ਦੱਬਦੇ, ਚੁੱਲੇ ਵੀ ਨੀ ਬਾਲਦੇ, ਅੱਛਾ ਥੱਲੇ ਪੈਂਦੇ ਵਿੱਚ ਨੇ ਸਿਆਲ ਦੇ, ਜੀ ਅੱਛਾ ਥੱਲੇ ਸੌਂਦੇ ਵਿੱਚ ਨੇ ਸਿਆਲ ਦੇ, ਉਹ ਥੱਲੇ ਸੌਂਦੇ ਵਿੱਚ ਨੇ ਸਿਆਲ ਦੇ। ਜੀ ਧੰਨ ਥੋੜੀ ਸਿੱਖੀ ਧੰਨ ਧਰਮ ਹੈ, ਧੰਨ ਥੋੜੀ ਸਿੱਖੀ ਧੰਨ ਧਰਮ ਹੈ, ਇਹ ਦਸਾਂ ਪਾਤਸ਼ਾਹੀਆਂ ਦਾ ਕਰਮ ਹੈ, ਪੰਥ ਵੱਖਰਾ ਬਣਾਇਆ ਕਰਤਾਰ ਨੇ, ਬੱਬੂ ਲੱਖਾਂ ਤੇ ਕਰੋੜਾਂ ਨਮਸਕਾਰ।